ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਆਪਾਂ ਪੁੱਤ ਦਾ ਨਾਮ ਲੈਂਦੇ ਹਾਂ ਤਾਂ ਮਹਾਰਾਜਾ ਦਲੀਪ ਸਿੰਘ ਦਾ ਚਿਹਰਾ ਹੀ ਆਪਣੀਆਂ ਅੱਖਾਂ ਅੱਗੇ ਆਉਂਦਾ। ਪਰ ਕੀ ਤੁਹਾਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ 9 ਹੋਰ ਪੁੱਤ ਸੀ? ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪਰਿਵਾਰ ਬਾਰੇ ਕਿ ਕਿੰਨੇ ਉਹਨਾਂ ਦੇ ਵਿਆਹ ਹੋਏ, ਕਿਹੜੀ ਉਮਰ 'ਚ ਕਿਹਦੇ ਨਾਲ ਵਿਆਹ ਹੋਇਆ, ਕਿਹੜੀ ਘਰਵਾਲੀ ਨਾਲ ਬਣੀ, ਕਿਹਦੇ ਨਾਲ ਨਹੀਂ ਬਣੀ, ਕਿਉਂ ਉਹਨਾਂ ਦਾ ਖਾਨਦਾਨ ਅੱਗੇ ਨਹੀਂ ਵੱਧ ਪਾਇਆ। ਮਹਾਰਾਜਾ ਦਲੀਪ ਸਿੰਘ ਦੇ 4 ਪੁੱਤ ਸੀ ਅਤੇ 4 ਉਹਨਾਂ ਦੇ ਕੁੜੀਆਂ ਸੀ, 8 ਬੱਚੇ ਸੀ ਮਹਾਰਾਜਾ ਦਲੀਪ ਸਿੰਘ ਦੇ, ਉਹਨਾਂ ਦਾ ਵੰਸ਼ ਅੱਗੇ ਕਿਉਂ ਨਹੀਂ ਵਧਿਆ? ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਖਾਨਦਾਨ ਬਾਰੇ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਾਂ ਨੂੰ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਪੜਦਾਦੇ ਨੱਕੜ ਦਾਦੇ ਕੌਣ ਸੀ? ਦੇਸੂ ਨਾਮ ਦਾ ਇੱਕ ਬੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ। ਦੇਸੂ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤਾਂ ਉਹ ਬਣ ਗਿਆ ਬੁੱਧ ਸਿੰਘ। ਇਹ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਨੱਕੜ ਦਾਦਾ ਸੀ। ਬੁੱਧ ਸਿੰਘ ਬਾਅਦ 'ਚੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ 'ਚ ਭਰਤੀ ਹੋ ਜਾਂਦੇ ਨੇ। ਬੁੱਧ ਸਿੰਘ ਦੇ ਅੱਗੇ 2 ਪੁੱਤ ਸੀਗੇ, ਇੱਕ ਨੌਦ ਸਿੰਘ, ਇੱਕ ਚੰਦਾ ਸਿੰਘ। ਨੌਦ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਲੱਗਦੇ ਸੀ, ਇਹ ਨਵਾਬ ਕਪੂਰ ਸਿੰਘ ਹੋਣਾਂ ਨਾਲ ਜੰਗਲਾਂ 'ਚ ਰਹਿੰਦੇ ਸੀ ਅਤੇ ਮੁਗਲਾਂ ਨਾਲ ਟਾਕਰਾ ਕਰਿਆ ਕਰਦੇ ਸੀ। ਨੌਦ ਸਿੰਘ ਦੇ ਫਿਰ ਅੱਗੇ 4 ਪੁੱਤ ਹੁੰਦੇ ਨੇ। ਇਹਨਾਂ 'ਚੋਂ ਇੱਕ ਸੀ ਚੜ੍ਹਤ ਸਿੰਘ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ। ਚੜ੍ਹਤ ਸਿੰਘ ਕਹਿੰਦੇ ਨੇ ਕਿ ਭਰੀ ਜਵਾਨੀ 'ਚ ਚੜ੍ਹਤ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਦੰਦ ਖੱਟੇ ਕੀਤੇ ਸੀ। ਇੰਨਾ ਤਕੜਾ ਜੁਝਾਰੂ ਸੀ ਉਹ ਕਿ ਅਬਦਾਲੀ ਚੜ੍ਹਤ ਸਿੰਘ ਨੂੰ ਉਹਦੇ ਨਾਮ ਤੋਂ ਜਾਣਦਾ ਸੀ। ਚੜ੍ਹਤ ਸਿੰਘ ਫਿਰ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਬਣਿਆ, ਜਦ ਸਿੱਖਾਂ 'ਚ ਮਿਸਲਾਂ ਦੀ ਸ਼ੁਰੂਆਤ ਹੋਈ ਸੀ, ਮਿਸਲਾਂ ਬਣੀਆਂ ਸੀ 11। ਚੜ੍ਹਤ ਸਿੰਘ ਦੀ ਮੌਤ ਤੋਂ ਬਾਅਦ ਫਿਰ ਉਹਦਾ ਪੁੱਤ ਮਹਾਂ ਸਿੰਘ ਬਣਿਆ ਉਹ ਮਿਸਲ ਦਾ ਮੁਖੀ। ਮਹਾਂ ਸਿੰਘ ਦੇ ਘਰ ਪੈਦਾ ਹੋਇਆ ਰਣਜੀਤ ਸਿੰਘ। ਇਹ ਤਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਗੱਲ। ਹੁਣ ਆਪਾਂ ਅੱਗੇ ਉਹਨਾਂ ਦਾ ਵੰਸ਼ ਕਿਵੇਂ ਵਧਿਆ, ਕਿੰਨੇ ਉਹਨਾਂ ਦੇ ਵਿਆਹ ਹੋਏ, ਉਹਦੀ ਗੱਲ ਕਰਦੇ ਹਾਂ। ਇਤਿਹਾਸਕਾਰ ਇਹ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ 20 ਪਤਨੀਆਂ ਸੀ, ਜਿਨ੍ਹਾਂ 'ਚੋਂ 13 ਸਿੱਖ, 5 ਹਿੰਦੂ ਅਤੇ 2 ਮੁਸਲਮਾਨ। ਪਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਪਰਸਨਲ ਡਾਇਰੀ 'ਚ ਇਹ ਲਿਖਿਆ ਸੀ ਕਿ ਮੈਂ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀਆਂ 46 ਪਤਨੀਆਂ 'ਚੋਂ 1 ਦਾ ਪੁੱਤਰ ਹਾਂ। ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਕਈਆਂ ਨਾਲ ਵਿਆਹ ਕਰਾਏ, ਕਈਆਂ 'ਤੇ ਚਾਦਰ ਪਾਈ ਅਤੇ ਕਈ ਔਰਤਾਂ ਉਹਨਾਂ ਨੇ ਆਪਣੇ ਹਰਮ 'ਚ ਰੱਖੀਆਂ। ਪਰ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਿਰਫ 5 ਪਤਨੀਆਂ ਨੂੰ ਹੀ ਤਵੱਜੋ ਦਿੱਤੀ ਆ। ਪਹਿਲੀ ਆ ਮਹਿਤਾਬ ਕੌਰ, ਜਿਹਦੇ ਨਾਲ ਸਭ ਤੋਂ ਪਹਿਲਾ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ। ਦੂਸਰੀ ਆ ਦਾਤਾਰ ਕੌਰ, ਤੀਸਰੀ ਆ ਰਤਨ ਕੌਰ ਅਤੇ ਚੌਥੀ ਦਇਆ ਕੌਰ ਅਤੇ 5ਵੀਂ ਜਿੰਦ ਕੌਰ, ਜਿਹਨੂੰ ਆਪਾਂ ਮਹਾਰਾਣੀ ਜਿੰਦਾਂ ਅਤੇ ਮਹਾਰਾਣੀ ਜਿੰਦ ਕੌਰ ਵੀ ਕਹਿ ਦਿੰਦੇ ਹਾਂ। ਹੁਣ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਵਿਆਹ ਦੀ। ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ 9 ਸਾਲ ਦੀ ਉਮਰ 'ਚ ਹੋਇਆ ਸੀ, ਮਹਿਤਾਬ ਕੌਰ ਨਾਲ ਹੋਇਆ ਸੀ। ਮਹਿਤਾਬ ਕੌਰ ਮਹਾਰਾਜਾ ਰਣਜੀਤ ਸਿੰਘ ਤੋਂ 2 ਸਾਲ ਛੋਟੀ ਸੀ। ਮਹਿਤਾਬ ਕੌਰ ਘਨੱਈਆ ਮਿਸਲ ਦੇ ਗੁਰਬਖਸ਼ ਸਿੰਘ ਅਤੇ ਸਦਾ ਕੌਰ ਦੀ ਕੁੜੀ ਸੀ। 9 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ, ਪਰ ਮਹਿਤਾਬ ਕੌਰ ਦਾ ਮੁਕਲਾਬਾ 7 ਸਾਲ ਬਾਅਦ ਦਿੱਤਾ ਗਿਆ ਸੀ। ਪਰ ਮਹਿਤਾਬ ਕੌਰ ਦੀ ਜ਼ਿਆਦਾ ਬਣੀ ਨਹੀਂ ਮਹਾਰਾਜਾ ਰਣਜੀਤ ਸਿੰਘ ਨਾਲ। ਵਿਆਹ ਤੋਂ ਥੋੜ੍ਹੇ ਟਾਈਮ ਬਾਅਦ ਹੀ ਉਹ ਰਣਜੀਤ ਸਿੰਘ ਨੂੰ ਛੱਡ ਕੇ ਆਪਣੀ ਮਾਂ ਕੋਲ ਆਪਣੇ ਪੇਕੇ ਘਰ ਚਲੇ ਗਏ ਸੀ। ਇਹਦਾ ਵੀ ਇੱਕ ਕਾਰਨ ਸੀ, ਕਿਉਂਕਿ ਮਹਿਤਾਬ ਕੌਰ ਦੇ ਪਿਤਾ ਗੁਰਬਖਸ਼ ਸਿੰਘ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਹੱਥੋਂ ਹੋਈ ਸੀ ਅਤੇ ਮਹਿਤਾਬ ਕੌਰ ਇਹ ਗੱਲ ਆਪਣੇ ਦਿਮਾਗ 'ਚੋਂ ਹੀ ਨਹੀਂ ਕੱਢ ਪਾਈ ਕਿ ਮੈਂ ਆਪਣੇ ਪਿਓ ਦੇ ਕਾਤਲਾਂ ਦੇ ਘਰੇ ਵਿਆਹੀ ਗਈ ਹਾਂ। ਮਹਿਤਾਬ ਕੌਰ ਦੇ ਜਾਣ ਤੋਂ ਬਾਅਦ ਰਣਜੀਤ ਸਿੰਘ ਦਾ ਫਿਰ ਦੂਜਾ ਵਿਆਹ ਕੀਤਾ ਗਿਆ। ਦੂਜਾ ਵਿਆਹ ਕੀਤਾ ਗਿਆ ਰਾਜ ਕੌਰ ਨਾਲ। ਰਾਜ ਕੌਰ ਰਣਜੀਤ ਸਿੰਘ ਤੋਂ 4 ਸਾਲ ਛੋਟੀ ਸੀ। ਇੱਥੇ ਹੁਣ ਮੈਂ ਰਣਜੀਤ ਸਿੰਘ ਸ਼ਬਦ ਵਰਤ ਰਿਹਾ, ਮਹਾਰਾਜਾ ਸ਼ਬਦ ਨਹੀਂ ਵਰਤ ਰਿਹਾ, ਕਿਉਂਕਿ ਉਸ ਸਮੇਂ ਤੱਕ ਰਣਜੀਤ ਸਿੰਘ ਹਜੇ ਮਹਾਰਾਜਾ ਨਹੀਂ ਬਣੇ ਸੀ। ਇਹ ਗੱਲ ਆ ਤਕਰੀਬਨ 1796-97 ਦੀ। ਰਾਜ ਕੌਰ ਦਾ ਨਾਮ ਬਦਲ ਕੇ ਫਿਰ ਦਾਤਾਰ ਕੌਰ ਕਰ ਦਿੱਤਾ ਗਿਆ, ਕਿਉਂਕਿ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਸੀ। ਦਾਤਾਰ ਕੌਰ ਦੀ ਬਹੁਤ ਬਣੀ ਮਹਾਰਾਜਾ ਰਣਜੀਤ ਸਿੰਘ ਨਾਲ, ਬੜਾ ਪਿਆਰ ਸੀ ਇਹਨਾਂ ਦਾ ਆਪਸ 'ਚ। ਪਿਆਰ ਨਾਲ ਮਹਾਰਾਜਾ ਰਣਜੀਤ ਸਿੰਘ ਦਾਤਾਰ ਕੌਰ ਨੂੰ ਨਕੈਣ ਕਹਿੰਦੇ ਸੀ, ਕਿਉਂਕਿ ਦਾਤਾਰ ਕੌਰ ਨਕਈ ਮਿਸਲਦਾਰਾਂ ਦੀ ਕੁੜੀ ਸੀ। ਦਾਤਾਰ ਕੌਰ ਦੀ ਕੁੱਖੋਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਪੁੱਤਰ ਖੜਕ ਸਿੰਘ ਦਾ ਜਨਮ ਹੋਇਆ। ਖੜਕ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਦੂਜੇ ਮਹਾਰਾਜਾ ਬਣੇ। ਹੁਣ ਜਦੋਂ ਪੁੱਤ ਹੋਣ ਦੀ ਖਬਰ ਪਹਿਲੀ ਪਤਨੀ ਦੀ ਮਾਤਾ ਸਦਾ ਕੌਰ ਨੂੰ ਮਿਲੀ ਤਾਂ ਉਹਨਾਂ ਨੇ ਆਪਣੀ ਕੁੜੀ ਨੂੰ ਸਮਝਾਇਆ ਕਿ ਇਹ ਵਿਆਹ ਕਰਕੇ ਤਾਂ ਮੈਂ
ਆਪਦੇ ਪਤੀ ਦਾ ਕਤਲ ਵੀ ਭੁੱਲ ਗਈ ਸੀ ਕਿ ਤੂੰ ਮਹਾਰਾਜਾ ਰਣਜੀਤ ਸਿੰਘ ਤੋਂ ਦੂਰੀਆਂ ਨਾ ਬਣਾ, ਮਹਾਰਾਜਾ ਰਣਜੀਤ ਸਿੰਘ ਨੂੰ ਵਾਰਸ ਦੇ, ਫਿਰ ਤੇਰੇ ਵਾਰਸ ਕੱਲ੍ਹ ਨੂੰ ਗੱਦੀ ਦੇ ਦਾਅਵੇਦਾਰ ਬਣਨਗੇ। ਫਿਰ ਮਹਿਤਾਬ ਕੌਰ ਦੇ 2-3 ਸਾਲਾਂ ਬਾਅਦ ਇੱਕ ਪੁੱਤਰ ਹੋਇਆ, ਉਹਦਾ ਨਾਮ ਰੱਖਿਆ ਗਿਆ ਈਸ਼ਰ ਸਿੰਘ। ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਦੂਜਾ ਪੁੱਤਰ 1 ਸਾਲ ਦਾ ਵੀ ਨਹੀਂ ਸੀ ਹੋਇਆ ਕਿ ਇਹਦੀ ਮੌਤ ਹੋ ਗਈ। ਉਧਰੋਂ ਦੂਸਰੀ ਘਰਵਾਲੀ ਦਾਤਾਰ ਕੌਰ, ਉਹਦੇ 2 ਪੁੱਤਰ ਹੋਰ ਹੋਏ, ਰਤਨ ਸਿੰਘ ਅਤੇ ਫਤਿਹ ਸਿੰਘ। ਪਰ ਇੱਥੇ ਇਤਿਹਾਸਕਾਰਾਂ ਦੀ ਅਲੱਗ ਅਲੱਗ ਰਾਏ ਹੈ। ਕਈ ਕਹਿੰਦੇ ਨੇ ਕਿ ਦਾਤਾਰ ਕੌਰ ਦੇ ਸਿਰਫ 1 ਹੀ ਪੁੱਤਰ ਸੀ, ਮਹਾਰਾਜਾ ਖੜਕ ਸਿੰਘ। ਕਈਆਂ ਨੇ 3 ਪੁੱਤਰ ਲਿਖੇ ਨੇ। 1807 'ਚ ਮਹਿਤਾਬ ਕੌਰ ਨੇ ਫਿਰ 2 ਜੋੜੇ ਪੁੱਤਰਾਂ ਨੂੰ ਜਨਮ ਦਿੱਤਾ, ਸ਼ੇਰ ਸਿੰਘ ਅਤੇ ਤਾਰਾ ਸਿੰਘ। ਸ਼ੇਰ ਸਿੰਘ ਜੋ ਬਾਅਦ 'ਚ ਪੰਜਾਬ ਦੇ 4th ਮਹਾਰਾਜਾ ਬਣੇ। ਇਦੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ 2 ਇਕੱਠੇ ਵਿਆਹ ਕੀਤੇ, ਇੱਕ ਰਤਨ ਕੌਰ ਅਤੇ ਦਇਆ ਕੌਰ ਨਾਲ। ਗੁਜਰਾਤ ਮਿਸਲ ਦਾ ਇੱਕ ਰਾਜਾ ਸੀਗਾ, ਉਹਦਾ ਨਾਮ ਸੀਗਾ ਸਾਹਿਬ ਸਿੰਘ। ਉਹਦੀ ਮੌਤ ਹੋਣ ਤੋਂ ਬਾਅਦ ਉਹਦੀਆਂ 2 ਘਰਵਾਲੀਆਂ ਰਤਨ ਕੌਰ ਅਤੇ ਦਇਆ ਕੌਰ, ਇਹਨਾਂ 'ਤੇ ਚਾਦਰ ਪਾਈ ਅਤੇ ਉਹਨਾਂ ਨੂੰ ਆਪਣੀਆਂ ਪਤਨੀਆਂ ਬਣਾ ਲਿਆ। ਰਤਨ ਕੌਰ ਦੇ ਜੋ ਪੁੱਤ ਹੋਇਆ ਉਹਦਾ ਨਾਮ ਰੱਖਿਆ ਗਿਆ ਮੁਲਤਾਨਾ ਸਿੰਘ। ਦਇਆ ਕੌਰ ਦੇ 2 ਪੁੱਤ ਹੋਏ, ਇੱਕ ਦਾ ਨਾਮ ਰੱਖਿਆ ਕਸ਼ਮੀਰਾ ਸਿੰਘ, ਦੂਜੇ ਦਾ ਪਿਸ਼ੌਰਾ ਸਿੰਘ। ਹੁਣ ਇਹ 3 ਨਾਮ ਰੱਖਣ ਦੇ ਪਿੱਛੇ ਵੀ ਬੜੀ ਇੰਟਰਸਟਿੰਗ ਕਹਾਣੀ ਆ। ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਉਸ ਸਮੇਂ ਪੂਰੇ ਸਿਖਰਾਂ 'ਤੇ ਸੀ। ਮਹਾਰਾਜਾ ਰਣਜੀਤ ਸਿੰਘ ਹਰ ਰੋਜ਼ ਨਵੇਂ ਇਲਾਕੇ ਜਿੱਤਦੇ ਸੀ। ਇਹਨਾਂ 3 ਦਾ ਨਾਮ ਵੀ ਇਲਾਕਿਆਂ 'ਤੇ ਰੱਖਿਆ ਗਿਆ। ਮੁਲਤਾਨਾ ਸਿੰਘ ਦਾ ਨਾਮ ਰੱਖਿਆ ਗਿਆ ਮੁਲਤਾਨ 'ਤੇ, ਮੁਲਤਾਨ ਜਿੱਤਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਦੇ ਪੁੱਤ ਦਾ ਨਾਮ ਰੱਖਿਆ ਮੁਲਤਾਨਾ ਸਿੰਘ। ਕਸ਼ਮੀਰ ਜਿੱਤਿਆ ਸੀ ਤਾਂ ਰੱਖਿਆ ਕਸ਼ਮੀਰਾ ਸਿੰਘ, ਪਿਸ਼ਾਵਰ ਜਿੱਤਿਆ ਸੀ ਤਾਂ ਰੱਖਿਆ ਪਿਸ਼ੌਰਾ ਸਿੰਘ। ਹੁਣ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ 5ਵੇਂ ਵਿਆਹ ਬਾਰੇ, ਜੋ ਹੋਇਆ ਸੀ ਜਿੰਦ ਕੌਰ ਨਾਲ। ਵਿਆਹ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਸਾਲ ਸੀ ਅਤੇ ਰਾਣੀ ਜਿੰਦ ਕੌਰ ਦੀ ਉਮਰ ਸਿਰਫ 18 ਸਾਲ ਸੀ। 37 ਸਾਲ ਛੋਟੇ ਸੀ ਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਤੋਂ। ਰਾਣੀ ਜਿੰਦ ਕੌਰ ਬਹੁਤ ਹੀ ਗਰੀਬ ਪਰਿਵਾਰ 'ਚੋਂ ਸੀ। ਰਾਣੀ ਜਿੰਦ ਕੌਰ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਦੇਖਭਾਲ ਕਰਦੇ ਹੁੰਦੇ ਸੀ। ਪਰ ਕਹਿੰਦੇ ਨੇ ਕਿ ਰਾਣੀ ਜਿੰਦ ਕੌਰ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਬਹੁਤ ਹੀ ਜ਼ਿਆਦਾ ਸਮਝਦਾਰ ਸੀ। ਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਰਾਣੀ ਹੋਈ ਆ। ਰਾਣੀ ਜਿੰਦ ਕੌਰ ਉਹ ਰਾਣੀਆਂ 'ਚੋਂ ਆ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਚੜ੍ਹਾਈ ਵੀ ਦੇਖੀ ਅਤੇ ਖਾਲਸਾ ਰਾਜ ਨੂੰ ਡੁੱਬਦੇ ਹੋਏ ਵੀ ਦੇਖਿਆ। ਰਾਣੀ ਜਿੰਦ ਕੌਰ ਵਿਆਹ ਤੋਂ 2.5 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਰਾਣੀ ਜਿੰਦ ਕੌਰ ਨੇ 1 ਪੁੱਤ ਨੂੰ ਜਨਮ ਦਿੱਤਾ, ਉਹਦਾ ਨਾਮ ਰੱਖਿਆ ਗਿਆ ਦਲੀਪ ਸਿੰਘ। ਦਲੀਪ ਸਿੰਘ ਹਜੇ 9 ਮਹੀਨੇ 24 ਦਿਨ ਦਾ ਹੀ ਸੀ ਕਿ ਉਹਨਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਲਾਹੌਰ ਦਰਬਾਰ 'ਚ ਖੂਨੀ ਖੇਡ ਤੋਂ ਬਾਅਦ 5 ਸਾਲ 11 ਦਿਨ ਦੇ ਇੱਕ ਛੋਟੇ ਜਿਹੇ ਬੱਚੇ ਦਲੀਪ ਸਿੰਘ ਦੇ ਮੱਥੇ 'ਤੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਤਿਲਕ ਲਗਾ ਕੇ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾਂਦਾ। ਇਦੋਂ ਬਾਅਦ ਦੀ ਦਰਦਨਾਕ ਕਹਾਣੀ ਪੂਰੇ ਪੰਜਾਬੀਆਂ ਨੂੰ ਪਤਾ ਕਿ ਕਿਵੇਂ ਇੱਕ ਪੁੱਤ ਨੂੰ ਉਹਦੀ ਮਾਂ ਤੋਂ ਜੁਦਾ ਕੀਤਾ ਜਾਂਦਾ ਅਤੇ ਉਹਨੂੰ ਕ੍ਰਿਸ਼ਚਨ ਬਣਾ ਦਿੱਤਾ ਜਾਂਦਾ ਅਤੇ 13 ਸਾਲ ਬਾਅਦ ਫਿਰ ਮਾਂ ਪੁੱਤ ਮਿਲਦੇ ਨੇ। ਇਦੋਂ ਬਾਅਦ ਫਿਰ ਮਹਾਰਾਜਾ ਦਲੀਪ ਸਿੰਘ ਦੇ 2 ਵਿਆਹ ਹੁੰਦੇ ਨੇ। ਪਹਿਲਾ ਹੁੰਦਾ ਹੈ ਬੰਬਾ ਮੁੱਲਰ ਨਾਲ, ਜੋ ਮਿਸਰ ਦੇ ਇੱਕ ਵਪਾਰੀ ਦੀ ਕੁੜੀ ਸੀ, ਅਤੇ ਦੂਜਾ ਵਿਆਹ ਹੁੰਦਾ ਹੈ ਐਡਾ ਡੈਕਲਸ ਨਾਲ। ਮਹਾਰਾਜਾ ਦਲੀਪ ਸਿੰਘ ਦੇ 8 ਬੱਚੇ ਹੋਏ, 4 ਪੁੱਤਰ ਅਤੇ 4 ਧੀਆਂ। ਪਹਿਲੀ ਪਤਨੀ ਬੰਬਾ ਮੁੱਲਰ ਦੇ 6 ਬੱਚੇ ਹੋਏ, ਜਿਨ੍ਹਾਂ 'ਚੋਂ 4 ਪੁੱਤਰ ਅਤੇ 2 ਧੀਆਂ, ਅਤੇ ਦੂਸਰੀ ਪਤਨੀ ਐਡਾ ਡੈਕਲਸ ਦੇ 2 ਧੀਆਂ ਹੋਈਆਂ। ਸਭ ਤੋਂ ਵੱਡੇ ਪੁੱਤਰ ਵਿਕਟਰ ਐਲਬਰਟ ਜੈਤਲੀਪ ਸਿੰਘ, ਇਹਨਾਂ ਦਾ ਵਿਆਹ ਰਾਜਕੁਮਾਰੀ ਐਨੀ ਨਾਲ ਹੋਇਆ। ਵਿਕਟਰ ਐਲਬਰਟ ਜੈਤਲੀਪ ਸਿੰਘ ਦੀ 1918 'ਚ ਫਰਾਂਸ 'ਚ ਮੌਤ ਹੋ ਗਈ, ਇਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੋਈ। ਦੂਸਰਾ ਪੁੱਤਰ ਸੀ ਫਰੈਡਰਿਕ ਵਿਕਟਰ ਦਲੀਪ ਸਿੰਘ, ਇਹਨਾਂ ਨੂੰ ਪ੍ਰਿੰਸ ਫਰੈਡੀ ਵੀ ਕਹਿੰਦੇ ਸੀ। ਇੰਗਲੈਂਡ ਦੀ ਫੌਜ 'ਚ ਇਹ ਨੌਕਰੀ ਕਰਦੇ ਸੀ ਅਤੇ ਕੈਪਟਨ ਸੀ। ਘੋੜਸਵਾਰੀ ਦਾ ਵੀ ਬਹੁਤ ਸ਼ੌਂਕ ਸੀ ਇਹਨਾਂ ਨੂੰ। ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ। ਤੀਸਰੀ ਸੀ ਰਾਜਕੁਮਾਰੀ ਬੰਬਾ ਸੋਫੀਆ ਜਿੰਦ ਕੌਰ, ਕਹਿੰਦੇ ਨੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਵਾਰਸ ਸੀ। ਇਸ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਖਤਮ ਹੋ ਗਿਆ। ਬੰਬਾ ਸੋਫੀਆ ਇੰਗਲੈਂਡ ਤੋਂ ਲਾਹੌਰ ਆ ਗਏ ਸੀ, ਫਿਰ ਇਹ ਲਾਹੌਰ 'ਚ ਹੀ ਰਹੇ ਅਤੇ ਲਾਹੌਰ 'ਚ ਹੀ ਇਹਨਾਂ ਦੀ ਮੌਤ ਹੋਈ। ਲਾਹੌਰ ਰਹਿੰਦਿਆਂ ਹੀ ਇਹਨਾਂ ਨੇ ਡਾਕਟਰ ਡੇਵਿਡ ਨਾਲ ਵਿਆਹ ਕੀਤਾ ਅਤੇ ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ। ਚੌਥੀ ਸੀ ਰਾਜਕੁਮਾਰੀ ਕੈਥਲਿਨ ਹਿਲਡਾ ਦਲੀਪ ਸਿੰਘ, ਇਹਨਾਂ ਨੇ ਵਿਆਹ ਨਹੀਂ ਕਰਾਇਆ। ਪੰਜਵੀਂ ਸੀ ਸੋਫੀਆ ਅਲੈਗਜ਼ੈਂਡਰੋਵਨਾ ਦਲੀਪ ਸਿੰਘ, ਇੰਗਲੈਂਡ 'ਚ ਇਹ ਔਰਤਾਂ ਦੇ ਹੱਕ ਲਈ ਜੂਝਦੀ ਰਹੀ।
ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਮੰਨਿਆ ਜਾਂਦਾ ਹੈ ਕਿ ਇੱਕ ਮੂਵਮੈਂਟ ਹੋਈ ਸੀ ਇੰਗਲੈਂਡ 'ਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣ ਲਈ, ਉਹਦੇ 'ਚ ਬਹੁਤ ਵੱਡਾ ਯੋਗਦਾਨ ਸੀ ਇਹਨਾਂ ਦਾ, ਪਰ ਇਹਨਾਂ ਦੇ ਵੀ ਕੋਈ ਔਲਾਦ ਨਹੀਂ ਹੋਈ ਅੱਗੇ। 6ਵੇਂ ਸੀ ਐਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ, ਇਹਨਾਂ ਦੀ 13 ਸਾਲ ਦੀ ਉਮਰ 'ਚ ਹੀ ਨਮੂਨੀਏ ਕਾਰਨ ਮੌਤ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਦੀ ਦੂਜੀ ਪਤਨੀ ਐਡਾ ਡੈਕਲਸ, ਇਹਨਾਂ ਦੇ ਘਰ ਦੋ ਬੇਟੀਆਂ ਪੈਦਾ ਹੋਈਆਂ। ਪਹਿਲੀ ਦਾ ਨਾਮ ਸੀ ਪੌਲਿਨ ਅਲੈਗਜ਼ੈਂਡਰੀਨਾ, ਇਹਨਾਂ ਨੇ ਇੱਕ ਲੈਫਟੀਨੈਂਟ ਨਾਲ ਵਿਆਹ ਕੀਤਾ ਜਿਹੜੇ ਕਿ ਵਰਲਡ ਵਾਰ 1 'ਚ ਵਿਸ਼ਵ ਯੁੱਧ 1 'ਚ ਸ਼ਹੀਦ ਹੋ ਗਏ ਸੀ, ਅਤੇ ਇਹਨਾਂ ਦੇ ਘਰ ਵੀ ਕੋਈ ਔਲਾਦ ਨਹੀਂ ਹੋਈ। 8ਵੀਂ ਸੀ ਐਡਾ ਇਰਨ, ਪੈਰਿਸ ਦੇ ਇੱਕ ਬੰਦੇ ਨਾਲ ਇਹਨਾਂ ਨੇ ਵਿਆਹ ਕੀਤਾ ਸੀ, ਅਤੇ ਇਹਨਾਂ ਦੇ ਘਰ ਵੀ ਕੋਈ ਸੰਤਾਨ ਨਹੀਂ ਹੋਈ। ਐਡਾ ਇਰਨ ਦੀ ਲਾਸ਼ ਸਮੁੰਦਰ ਦੇ ਕਿਨਾਰੇ ਤੋਂ ਮਿਲੀ ਸੀ। ਖਬਰ ਲੱਗੀ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੇ ਸੁਸਾਈਡ ਕਰ ਲਿਆ ਹੈ, ਪਰ ਇਹਦੇ ਪਿੱਛੇ ਕਿਹਦੀ ਚਾਲ ਸੀ, ਕੀ ਰਾਜ ਨੇ, ਇਹ ਅੱਜ ਤੱਕ ਪਤਾ ਨਹੀਂ ਚੱਲਿਆ। ਹੁਣ ਮਹਾਰਾਜਾ ਦਲੀਪ ਸਿੰਘ ਦੇ 8 ਬੱਚੇ ਹੋਏ ਨੇ ਦੇਖੋ, ਅਤੇ ਕਿਸੇ ਦੀ ਵੀ ਇੱਕ ਸੰਤਾਨ ਨਹੀਂ ਹੋਈ। ਕਈ ਇਤਿਹਾਸਕਾਰ ਅਤੇ ਕਈ ਰਿਸਰਚਰ ਇਹ ਲਿਖਦੇ ਨੇ ਕਿ ਅੰਗਰੇਜ਼ਾਂ ਨੇ ਬੜੀ ਚਾਲ ਨਾਲ ਮਹਾਰਾਜਾ ਦਲੀਪ ਸਿੰਘ ਦਾ ਵੰਸ਼ ਖਤਮ ਕੀਤਾ, ਕਿ ਉਹਨਾਂ ਨੂੰ ਇਹਦੀਆਂ ਦਵਾਈਆਂ ਖਵਾਈਆਂ ਗਈਆਂ ਤਾਂ ਕਿ ਉਹਨਾਂ ਦੇ ਸੰਤਾਨ ਨਾ ਹੋ ਸਕੇ, ਕਿਉਂਕਿ ਉਹ ਸਾਰੇ ਇੰਗਲੈਂਡ 'ਚ ਹੀ ਰਹਿੰਦੇ ਸੀ ਤਕਰੀਬਨ, ਅਤੇ ਅੰਗਰੇਜ਼ਾਂ ਦੇ ਕੰਟਰੋਲ ਥੱਲੇ ਸੀਗੇ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦਾ ਅੱਗੇ ਕੀ ਹੋਇਆ? ਉਹਨਾਂ ਦੇ ਵੀ 10 ਪੁੱਤਰ ਸੀ, ਉਹਨਾਂ ਦੇ ਅੱਗੇ ਪੋਤਿਆਂ ਦਾ ਕੀ ਹੋਇਆ? ਇਹਦੇ 'ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ 10 ਸਾਲ ਸੀਗੇ, ਕਿਵੇਂ ਉਹਨਾਂ ਦੇ ਵਾਰਸਾਂ ਨੂੰ ਖਤਮ ਕੀਤਾ ਗਿਆ, ਮਾਰਿਆ ਗਿਆ, ਉਹ ਤੁਸੀਂ ਦੇਖ ਸਕਦੇ ਹੋ ਸਾਡੇ ਯੂਟਿਊਬ ਚੈਨਲ 'ਤੇ। ਤਾਂ ਇਹ ਸੀ ਅੱਜ ਦਾ ਇਤਿਹਾਸ। ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ। ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ, ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ। ਅਤੇ ਸਾਡੇ ਨਵੇਂ ਚੈਨਲ ਪੰਜਾਬ ਸਿਆਂ ਕਿੱਸੇ ਨੂੰ ਫੇਸਬੁੱਕ ਅਤੇ ਯੂਟਿਊਬ 'ਤੇ ਜ਼ਰੂਰ ਸਪੋਰਟ ਕਰੋ। ਸਾਨੂੰ ਸਪੋਰਟ ਕਰਨ ਲਈ ਯੂਟਿਊਬ 'ਤੇ ਤੁਸੀਂ ਸਾਨੂੰ ਸੁਪਰ ਚੈਟ ਵੀ ਭੇਜ ਸਕਦੇ ਹੋ। ਇਤਿਹਾਸ ਦੱਸਦੇ ਹਾਂ, ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।